पंजाबी रेडियो जो एस सुन रहे सारे श्रोत्यां नूं बलविंदर कौर वल्लों प्यार भरी सति श्री अकाल ते जी श्रोत्यो प्रोग्राम खबर ते नज़र खबर ते नज़र प्रोग्राम दे विच साडे नाल होणगे बलतेज बन्नू जो भारत दे विच जां पंजाब दे विच खबरां वापरदियां ने जी जो कुछ भी वापरदा आ उह साडे नाल इस ते गल्लबात करदे ने खबरां ते नज़र पावांगे जी बलतेज बन्नू जी सति श्री अकाल स्वागत है जी जी धन्नवाद जी बहुत मेहरबानी थैंक यू जी ते जी श्रोत्यो अगलियां खबरां करन तों पहलां असीं गलबात करांगे जिहड़े अज कल पंजाब दे विच जो कुछ वापरिया उस ते नज़र पावांगे जां भारत भर दे विच जो जो बयान आउंदे आ उहनां ते असीं गलबात करांगे। उस तों पहलां असीं धन्नवाद करना चाहुंदे साडे स्पोंसर दा जिन्हां ने इस प्रोग्राम नूं स्पोंसर करके तुहाडे तक पहुँचाया जी, खालसा इंश्योरेंस एजेंसी वाले जिन्हां दा फोन नंबर 4082722500 जो हर एक तरह की इंश्योरेंस करदे ने जी। नवजोत कौर कलोटी जुब्बा सिटी तो, सुखा सिंह जी वाइसिलिया तो, पंजाबी अमेरिकन सीनियर सिटीजन सेंटर बेकरसवील तो, जापी सिंह जी बेकरसवील तो, सतनाम सिंह शेरगिल ते परिवार सलमा तो, प्रीतम सिंह ते तलविंदर सिंह गैओ बेकरसवील तो, गुरदीप सिंह बिरदी बेकर क्लोवस तो, बहुत बहुत इन्हां दे धन्नवादी इन्हां ने प्रोग्राम नूं स्पोंसर करके तुहाडे तक पहुँचाया। तो बलतेज बन्नू जी जिहड़ियां दो खबरां ते बहुत ही मंदभागियां होईआं आ, पहला आप एक की गल करते हैं कि जिहड़ी पंजाब दे विच आपां कल भी गल कीती सी गुरदासपुर जिले दे विच दीनानगर जिहड़ा अतवादी हमला होया आ उस दी डिटेल किस तरह आ? ਜਿਹੜਾ ਇਹ ਹਮਲਾ ਸੀਗਾ ਜੀ ਕਰੀਬ 11 ਘੰਟੇ ਦੇ ਚੱਲਦਾ ਰਿਹਾ ਜੀ ਔਰ ਪੰਜਾਬ ਜਿਹੜਾ ਸੀਗਾ ਉਹ ਸੁੱਕਣੇ ਪਿਆ ਰਿਹਾ। ਤੁਸੀਂ ਇਹ ਲਾ ਲਓ ਕਿ ਹਰ ਬੰਦਾ ਜਿਹੜਾ ਸੀਗਾ ਜੀ ਇਸ ਖਬਰ ਦੇ ਨਾਲ ਨੇੜਿਓਂ ਜੁੜਿਆ ਔਰ ਕਿਉਂਕਿ ਵਿਗਿਆਨ ਦਾ ਇਹ ਯੁੱਗ ਹੈ ਜੀ, ਫੇਸਬੁੱਕ ਟਵਿੱਟਰ ਵਟਸਐਪ ਇਹਦੇ ਰਾਹੀਂ ਕੰਟੀਨਿਊਸ ਜਿਹੜੇ ਮੈਸੇਜ ਸਨ ਉਹ ਇੱਕ ਦੂਜੇ ਨੂੰ ਦਿੱਤੇ ਜਾਂਦੇ ਰਹੇ। ਹਾਂ ਇਹ ਗੱਲ ਜ਼ਰੂਰ ਹੈ ਕਿ ਇਹਦੇ ਵਿੱਚ ਕੱਚ ਘਰੜ ਮੈਸੇਜ ਵੀ ਬੜੇ ਸਨ, ਉਹਦਾ ਜ਼ਿਕਰ ਅੱਗੇ ਚੱਲ ਕੇ ਜਿਹੜਾ ਜੀ ਉਹ ਕਰਦੇ ਹਾਂ। ਜਿਹੜਾ 11 ਘੰਟੇ ਇਹ ਮੁਕਾਬਲਾ ਜਿਹੜਾ ਸੀਗਾ ਉਹ ਚੱਲਿਆ ਔਰ ਇਹਦੇ ਵਿੱਚ ਜਿਹੜੇ ਅੱਤਵਾਦੀ ਸਨ ਜੀ ਸਾਰੇ ਦੇ ਸਾਰੇ ਮਾਰ ਦਿੱਤੇ ਗਏ, ਤਿੰਨ ਜਾਣੇ ਜਿਹੜੇ ਸਨ ਔਰ ਇਹਦੇ ਵਿੱਚ ਜਿਹੜਾ ਜੀ ਪੁਲਿਸ ਦਾ ਵੀ ਨੁਕਸਾਨ ਜਿਹੜਾ ਉਹ ਹੋਇਆ ਔਰ ਜਿਹੜੇ ਐਸ ਪੀ ਡਿਟੈਕਟਿਵ ਸਨ ਬਲਜੀਤ ਸਿੰਘ ਹੋਰੀ ਉਹਨਾਂ ਦਾ ਜਿਹੜਾ ਜੀ ਉਹ ਮਾਰੇ ਗਏ ਔਰ ਇਸ ਤੋਂ ਇਲਾਵਾ ਪੰਜਾਬ ਹੋਮਗਾਰਡ ਦੇ ਜਵਾਨ ਬੋਧ ਰਾਜ, ਸੁਖਦੇਵ ਰਾਜ ਤੇ ਦੇਸ਼ ਰਾਜ ਜਿਹੜੇ ਉਹ ਸ਼ਾਮਿਲ ਨੇ। ਇੱਕ ਢਾਬਾ ਚਲਾਉਣ ਵਾਲਾ ਅਮਰਜੀਤ ਜਿਹੜਾ 45 ਸਾਲਾਂ ਦਾ ਸੀਗਾ ਜੀ ਉਹ ਇਹਦੇ ਵਿੱਚ ਮਾਰਿਆ ਗਿਆ। ਜਿਹੜਾ ਇੱਕ ਸੀਗਾ ਜੀ ਨਿਰਮਲਾ ਦੇਵੀ ਉਹ ਮਾਰੀ ਗਈ। ਇੱਕ ਗੁੱਜਰ ਜਿਹੜਾ ਸੀਗਾ ਜੀ ਉਹ ਇਹਦੇ ਵਿੱਚ ਜਿਹੜਾ ਸੀਗਾ ਉਹ ਮਾਰਿਆ ਗਿਆ। ਇਹ ਹਮਲਾ ਜਿਹੜਾ ਸੀਗਾ ਜੀ ਜਿਵੇਂ ਆਪਾਂ ਕੱਲ ਸਾਂਝਾ ਕਰਤਾ ਸੀਗਾ ਖਬਰਾਂ ਦੇ ਵਿੱਚ 5:10 ਤੇ ਅਟੈਕ ਜਿਹੜਾ ਸੀਗਾ ਜੀ ਇਹ ਹੋਇਆ 5:12 ਤੇ ਜਿਹੜਾ ਸੀਗਾ ਇੱਕ ਢਾਬੇ ਵਾਲਾ ਮਾਰਿਆ ਗਿਆ ਔਰ 5:15 ਜਿਹੜੀ ਸੀਗਾ ਇੱਕ ਬੱਸ ਦੇ ਉੱਤੇ ਜਿਹੜਾ ਸੀਗਾ ਇਹਨਾਂ ਨੇ ਅਟੈਕ ਕੀਤਾ। ਪਰ ਉੱਥੇ ਨਾਨਕ ਚੰਦ ਜਿਹੜਾ ਡਰਾਈਵਰ ਸੀਗਾ ਜੀ ਉਹਦੀ ਬੜੀ ਦਲੇਰੀ ਰਹੀ ਕਿ ਉਹਨੇ ਇਹ ਬੱਸ ਨੂੰ ਜਿਹੜਾ ਭਜਾ ਕੇ ਲੈ ਗਿਆ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀਗਾ ਜੀ। ਕੋਈ 12:15 ਤੋਂ ਲੈ ਕੇ 2:30 ਦੇ ਦੌਰਾਨ ਹੈਵੀ ਫਾਇਰਿੰਗ ਜਿਹੜੀ ਹੋਈ ਜਿਹਦੇ ਵਿੱਚ ਐਸ ਪੀ ਡਿਟੈਕਟਿਵ ਬਲਜੀਤ ਸਿੰਘ ਜਿਹੜੇ ਸਨ ਉਹਨਾਂ ਦੇ ਸਿਰ ਦੇ ਵਿੱਚ ਜਿਹੜੀ ਉਹ ਗੋਲੀ ਸੀ ਲੱਗੀ। ਐਨ ਐਸ ਜੀ ਕਮਾਂਡੋ ਜਿਹੜੇ ਸਨ ਔਰ ਆਰਮੀ ਜਿਹੜੀ ਉਹ ਇੱਥੇ ਪਹੁੰਚੀ। 2:30 ਦੇ ਕਰੀਬ ਜਿਹੜਾ ਸੀਗਾ ਜੀ ਇਹ ਸ਼ੁਰੂ ਕੀਤਾ ਗਿਆ ਔਰ 5:00 ਤੱਕ ਇਹ ਹਮਲਾ ਜਿਹੜਾ ਸੀਗਾ ਉਹ ਚੱਲਦਾ ਰਿਹਾ ਔਰ 5:00 ਜਿਹੜਾ ਜੀ ਇਹ ਡਿਕਲੇਅਰ ਕੀਤਾ ਗਿਆ ਕਿ ਇਹ ਜਿਹੜੇ ਦਹਿਸ਼ਤਗਰਦ ਸਨ ਉਹ ਮਾਰੇ ਗਏ ਸਾਰੇ ਦੇ ਸਾਰੇ। ਇਹ ਆਖਿਆ ਗਿਆ ਜੀ ਕਿ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਇੱਕ ਨੂੰ ਜਿਉਂਦਾ ਜਿਹੜਾ ਸੀਗਾ ਉਹ ਫੜਨ ਦੀਆਂ ਖਬਰਾਂ ਵੀ ਚੱਲਦੀਆਂ ਰਹੀਆਂ ਕਿ ਇੱਕ ਫੜਿਆ ਗਿਆ, ਜਦੋਂ ਕਿ ਇਹਨਾਂ ਖਬਰਾਂ ਦੀ ਕਿਤੇ ਕੋਈ ਪੁਸ਼ਟੀ ਜਿਹੜੀ ਹੈ ਜੀ ਉਹ ਨਹੀਂ ਹੋਈ। ਸਾਰੇ ਦੇ ਸਾਰੇ ਜਿਹੜੇ ਸਨ ਜੀ ਇਹ ਮਾਰ ਦਿੱਤੇ ਗਏ। ਕਈ ਸਵਾਲ ਜਿਹੜੇ ਸੀਗੇ ਜੀ ਉਹ ਖੜੇ ਰਹਿ ਗਏ ਤੇ ਸ਼ਾਇਦ ਪਤਾ ਨਹੀਂ ਉਹਨਾਂ ਦਾ ਜ਼ਿਕਰ ਕਿੰਨਾ ਕੁ ਜਿਹੜਾ ਜੀ ਉਹ ਹੋਊਗਾ ਉਹਨਾਂ ਸਵਾਲਾਂ ਦਾ, ਜਿਹਦੇ ਵਿੱਚ ਇਹ ਆਖਿਆ ਗਿਆ ਜੀ ਕਿ ਇੱਥੇ ਆਰਮੀ ਜਿਹੜੀ ਹੈ ਜੀ ਉਹ ਆ ਗਈ, ਇੱਥੇ ਕੁਛ ਆ ਗਏ। ਪਰ ਅਸਲ ਦੇ ਵਿੱਚ ਜਿਹੜਾ ਸੀਗਾ ਇਹ ਸਾਰੇ ਕਾਸੇ ਨੂੰ ਜਿਹੜਾ ਜੀ ਉਹ ਅੰਜਾਮ ਦਿੱਤਾ। ਵਿੱਚ ਕੁਛ ਸਮਾਂ ਪਹਿਲਾਂ ਇੱਥੇ ਪੰਜਾਬ ਦੇ ਵਿੱਚ ਜਿਹੜੀ ਬਣੀ ਹੋਈ ਯੂਨਿਟ ਹੈ ਜੀ ਸਪੈਸ਼ਲ ਵੈਪਨਸ ਐਂਡ ਟੈਕਟਿਕਸ ਟੀਮ ਜਿਹੜੀ ਇਹਨੇ ਇਹ ਸਾਰਾ ਜਿਹੜਾ ਜੀ ਅੰਜਾਮ ਦਿੱਤਾ। ਇਹਦੇ ਵਿੱਚ ਪੰਜਾਬ ਦੇ ਹੀ 80 ਦੇ ਕਰੀਬ ਜਿਹੜੇ ਵਿਸ਼ੇਸ਼ ਕਮਾਂਡੋ ਸਨ, ਜਿਹੜੇ ਪੁਲਿਸ ਵਾਲੇ ਸਨ ਜਾਂ ਕਮਾਂਡੋ ਸਨ ਉਹ ਬਿਨਾਂ ਹੈਲਮੇਟ ਤੋਂ ਬਿਨਾਂ ਬੁਲੇਟ ਪਰੂਫ ਜੈਕਟਸ ਤੋਂ ਜਿਹੜਾ ਸਨ ਉਹ ਲੜਦੇ ਰਹੇ। ਜਿਹੜੀ ਬੁਲੇਟ ਪਰੂਫ ਗੱਡੀ ਸੀ ਉਹ ਵੀ 2:30 ਦੇ ਕਰੀਬ ਜਿਹੜੀ ਸੀ ਉਹ ਜੰਮੂ ਕਸ਼ਮੀਰ ਤੋਂ ਆਈ ਜੀ। ਪੁਲਿਸ ਦੇ ਕੋਲੇ ਜਿਹੜਾ ਕੋਈ ਵੀ ਇੰਤਜ਼ਾਮ ਨਹੀਂ ਸਨ ਜੀ ਇਹੋ ਜਿਹੇ ਹਮਲੇ ਦੇ ਨਾਲ ਲੜਨ ਦੇ ਵਾਸਤੇ। ਇਹ ਆਖਿਆ ਗਿਆ ਜੀ ਕਿ ਜਿਹੜਾ ਇਹ ਹਮਲੇ ਦੇ ਸੰਬੰਧ ਦੇ ਵਿੱਚ
ਜਿਹੜੀ ਇੰਟੈਲੀਜੈਂਸ ਬਿਊਰੋ ਆ ਉਹਨੇ ਅਸਲ ਦੇ ਵਿੱਚ ਜਿਹੜਾ ਜੀ ਇਹ ਜਾਣਕਾਰੀ ਦਿੱਤੀ ਸੀ ਉਹਦੇ ਕੋਲ ਇਨਫੋਰਮੇਸ਼ਨ ਸੀਗੀ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਆਈ ਜੀ ਸਨ ਉਹਨਾਂ ਨੂੰ ਇਹਦੀ ਇਨਫੋਰਮੇਸ਼ਨ ਜਿਹੜੀ ਉਹ ਦੇ ਦਿੱਤੀ ਗਈ ਸੀਗੀ ਕਿ ਇਸ ਤਰ੍ਹਾਂ ਦਾ ਕੋਈ ਹਮਲਾ ਜਿਹੜਾ ਜੀ ਉਹ ਇੱਥੇ ਪੰਜਾਬ ਦੇ ਵਿੱਚ ਹੋ ਸਕਦਾ ਪਰ ਕੁਛ ਵੀ ਇਹਦੇ ਉੱਤੇ ਕੀਤਾ ਨਹੀਂ ਸੀਗਾ जी तो अगे गल करते जी जिस तरह उत्थे हमला होया उत्थे वो काम चलता सी 11-12 घंटे चलिया पर उन्ने के टाइम दे बेच जेड़े साड़े सियासदान सीगे उस सियासी रोटियां सेकते रहे बखरे बखरे बयान देंदे रहे बिल्कुल जी जिहड़े जिम्मेवारी वाले बंदे हुंदे ने जी जिवें मुख्यमंत्री दा अहुदा है साडे डिप्टी मुख्यमंत्री हुरी तां जिन्हां कोले गृह मंत्रालय उह तां चढ़ गए जी जहाज ते ਇਹ ਕਹਿ ਕੇ ਕਿ ਪੁਲਿਸ ਜਿਹੜੀ ਹੈ ਜੀ ਉਹ ਮੁਕਾਬਲਾ ਕਰੂਗੀ ਉਹਨਾਂ ਨੇ ਆਪਣਾ ਇਹ ਹੰਗਰੀ ਵਗੈਰਾ ਦਾ ਜਿਹੜਾ ਦੌਰਾ ਸੀਗਾ ਉਹ ਕੋਈ ਕੈਂਸਲ ਨਹੀਂ ਕੀਤਾ ਬੇਸ਼ੱਕ ਪੰਜਾਬ ਦੇ ਵਿੱਚ ਐਡਾ ਵੱਡਾ ਹਮਲਾ ਜਿਹੜਾ ਸੀਗਾ ਉਹ ਹੋ ਗਿਆ ਉਹ ਆਪਣੀ ਫਲਾਈਟ ਦੇ ਉੱਤੇ ਜਿਹੜਾ ਚਲੇ ਗਏ ਇਹ ਆਪਣੇ ਆਪ ਦੇ ਵਿੱਚ ਸਵਾਲ ਜਿਹੜਾ ਜੀ ਉਹ ਛੱਡ ਗਿਆ ਪਿੱਛੇ ਕਿ ਜਿਹਦੇ ਕੋਲ ਗ੍ਰਹਿ ਮੰਤਰਾਲਾ ਪ੍ਰੋਟੋਕੋਲ ਦੇ ਮੁਤਾਬਕ ਕੁਛ ਅਹਿਮ ਫੈਸਲੇ ਜਿਹੜੇ ਆ ਉਹ ਗ੍ਰਹਿ ਮੰਤਰਾਲੇ ਨੇ ਗ੍ਰਹਿ ਮੰਤਰੀ ਨੇ ਲੈਣੇ ਹੁੰਦੇ ਨੇ ਪਰ ਉਹਨਾਂ ਨੇ ਕੋਈ ਜ਼ਰੂਰੀ ਨਹੀਂ ਸਮਝਿਆ ਜੀ ਇਹਦੇ ਉੱਤੇ ਜਿਹੜਾ ਜੀ ਇਹਨੂੰ ਰੱਦ ਕਰਨਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਰੀ ਜਿਹੜੇ ਸਨ ਜੀ ਉਹਨਾਂ ਨੇ ਤਕਰੀਬਨ ਹਮਲਾ ਹੋਣ ਤੋਂ 2 ਘੰਟੇ ਦੇ ਬਾਅਦ ਜਿਹੜਾ ਡਿਕਲੇਅਰ ਕਰ ਦਿੱਤਾ ਕਿ ਇਹ ਸਰਹੱਦ ਥਾਣੀ ਆਏ ਨੇ ਤੇ ਨਾਲ ਦੀ ਨਾਲ ਤਵਾ ਜਿਹੜਾ ਸੀਗਾ ਉਹ ਧਰ ਦਿੱਤਾ ਕੇਂਦਰ ਦੀ ਸਰਕਾਰ ਦੇ ਉੱਤੇ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹਨੂੰ ਉਹਨੇ ਸਾਨੂੰ ਕੋਈ ਜਾਣਕਾਰੀ ਇਸ ਖੁਫੀਆ ਵਿਭਾਗ ਦੇ ਹਮਲੇ ਦੀ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਔਰ ਜੇ ਸਾਨੂੰ ਜਾਣਕਾਰੀ ਦਿੰਦੇ ਤਾਂ ਅਸੀਂ ਜਿਹੜਾ ਸੀ ਇਹਦੇ ਸੰਬੰਧੀ ਕੋਈ ਅਗਾਊਂ ਪ੍ਰਬੰਧ ਕਰਦੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਘੁਸਪੈਠ ਰੋਕਣਾ ਤੇ ਸਰਹੱਦ ਸੀਲ ਕਰਨਾ ਇਹ ਸੈਂਟਰ ਦੀ ਸਰਕਾਰ ਦਾ ਕੰਮ ਹੈ ਜਦੋਂ ਕਿ ਦੂਜੀ ਰਿਪੋਰਟ ਜਿਹੜੀ ਹੈ ਜੀ ਇਹ ਕਹਿੰਦੀ ਹੈ ਕਿ ਇੰਟੈਲੀਜੈਂਸ ਬਿਊਰੋ ਜਿਹੜੀ ਹੈ ਜੀ ਉਹਨੇ ਸੈਂਟਰ ਦੀ ਸਰਕਾਰ ਨੂੰ ਵੀ ਦੱਸਤਾ ਸੀਗਾ ਸੈਂਟਰ ਦੀ ਸਰਕਾਰ ਦੇ ਵੱਲੋਂ ਜਿਹੜਾ ਆਈ ਜੀ ਇਸ ਰੇਂਜ ਦੇ ਨੇ ਉਹਨਾਂ ਨੂੰ ਇਹਦੀ ਇਨਫੋਰਮੇਸ਼ਨ ਜਿਹੜੀ 1 ਦਿਨ ਪਹਿਲਾਂ ਦੇ ਦਿੱਤੀ ਗਈ ਸੀ ਕਿ ਇਸ ਕਿਸਮ ਦਾ ਕੋਈ ਹਮਲਾ ਜਿਹੜਾ ਜੀ ਉਹ ਸਰਹੱਦ ਪਾਰ ਤੋਂ ਹੋ ਸਕਦਾ ਹੈ ਹਾਂ ਇੰਨਾ ਨਹੀਂ ਸੀ ਪਤਾ ਕਿ ਇਹ ਹਮਲਾ ਜਿਹੜਾ ਜੀ ਉਹ ਥਾਣੇ ਦੇ ਵਿੱਚ ਹੀ ਵੜ ਜਾਣਗੇ ਇਹ ਅੱਤਵਾਦੀ ਜਿਹੜੇ ਆ ਕੇ ਸੋ ਮੁੱਖ ਮੰਤਰੀ ਕਹਿ ਰਹੇ ਨੇ ਸਾਨੂੰ ਜਾਣਕਾਰੀ ਨਹੀਂ ਦਿੱਤੀ ਗਈ ਇੰਟੈਲੀਜੈਂਸ ਬਿਊਰੋ ਤੇ ਜਿਹੜੇ ਆਈ ਜੀ ਨੇ ਉਹ ਮੰਨਦੇ ਨੇ ਕਿ ਸਾਨੂੰ 1 ਦਿਨ ਪਹਿਲਾਂ ਜਿਹੜੀ ਇਹਦੀ ਇਨਫੋਰਮੇਸ਼ਨ ਜਿਹੜੀ ਉਹ ਮਿਲ ਗਈ ਸੀਗੀ ਸੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇਹ ਹਾਸੋ ਜਿਹੜਾ ਬਿਆਨ ਹੈ ਜੀ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਪ੍ਰਤਾਪ ਸਿੰਘ ਬਾਜਵਾ ਹੋਰੀ ਉਹਨਾਂ ਦਾ ਬਿਆਨ ਜਿਹੜਾ ਸੀਗਾ ਜੀ ਇਸ ਹਮਲੇ ਤੋਂ 2.5 ਘੰਟੇ ਬਾਅਦ ਆ ਗਿਆ ਜਿਹੜਾ ਵੀਡੀਓ ਦੇ ਰੂਪ ਦੇ ਵਿੱਚ ਵਾਇਰਲ ਵੀ ਹੋ ਗਿਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜਾ ਹਮਲਾ ਹੈ ਖਾਲਿਸਤਾਨੀਆਂ ਨੇ ਲਸ਼ਕਰੇ ਤੋਇਬਾ ਦੇ ਨਾਲ ਮਿਲੀ ਭੁਗਤ ਦੇ ਨਾਲ ਜਿਹੜਾ ਜੀ ਇੱਥੇ ਗੁਰਦਾਸਪੁਰ ਦੇ ਵਿੱਚ ਕੀਤਾ ਜਦੋਂ ਕਿ ਨਾ ਉਦੋਂ ਕੋਈ ਇਹ ਪਤਾ ਸੀਗਾ ਕਿ ਹਮਲਾਵਰ ਕੌਣ ਨੇ ਉਹਨਾਂ ਦਾ ਮੋਟਿਵ ਕੀ ਹੈ ਤੇ ਉਹ ਕਿੰਨਾ ਨੁਕਸਾਨ ਕਰਨ ਦਾ ਜਿਹੜਾ ਜੀ ਸੋਚ ਕੇ ਆਏ ਨੇ ਮੁੜ ਕੇ ਜਿਹੜਾ DGP ਆ ਉਹਦੇ ਵੱਲੋਂ ਵੀ ਇਹ ਗੱਲ ਕਹਿਤੀ ਗਈ ਕਿ ਖਾਲਿਸਤਾਨੀਆਂ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਸੀਗਾ ਪ੍ਰਤਾਪ ਸਿੰਘ ਬਾਜਵਾ ਹੋਰੀ ਅਜੇ ਤੱਕ ਆਪਣੇ ਬਿਆਨ ਤੋਂ ਕੋਈ ਪਿੱਛੇ ਤਾਂ ਨਹੀਂ ਹਟੇ ਕਿ ਉਹਨਾਂ ਨੇ ਇਹੋ ਜਿਹਾ ਜਿਹੜਾ ਕੱਚ ਘੜੜ ਬਿਆਨ ਸੀਗਾ ਉਹ ਕਿਹੜੀ ਇਨਫੋਰਮੇਸ਼ਨ ਦੇ ਤਹਿਤ ਜਿਹੜਾ ਸੀਗਾ ਉਹ ਦੇ ਦਿੱਤਾ ਇਹਦੇ ਵਿੱਚ ਮੈਂ ਸਮਝਦਾ ਜੀ ਕਿ ਫੇਸਬੁੱਕੀਏ ਜਿਹੜੇ ਨੇ ਜੀ ਉਹਨਾਂ ਨੇ ਵੀ ਆਪਣਾ ਬਣਦਾ ਰੋਲ ਜਿਹੜਾ ਸੀਗਾ ਉਹ ਨਿਭਾਇਆ ਕੋਈ ਕੁਛ ਬੋਲੀ ਗਿਆ ਕੋਈ ਕੁਛ ਬੋਲੀ ਗਿਆ ਉਹ ਕੰਟੀਨਿਊਸ ਜਿਹੜੇ ਬੋਲੀ ਜਾ ਰਹੇ ਨੇ ਹਾਂ ਇੱਕ ਧਿਰ ਜਿਹੜੀ ਹੈ ਜੀ ਇਹਦੇ ਵਿੱਚੋਂ ਅਜੇ ਵੀ ਗੈਰ ਹਾਜ਼ਰ ਹੈ ਉਹ ਹੈ ਗੁਰਦਾਸਪੁਰ ਦਾ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ ਦਾ ਉਹ ਮੈਂਬਰ ਪਾਰਲੀਮੈਂਟ ਹੈ ਕਦੇ ਉਹ ਜਿੱਤ ਕੇ ਜਿਹੜਾ ਜੀ ਮੁੜ ਕੇ ਹਲਕੇ 'ਚ ਨਹੀਂ ਵੜਦਾ ਦੁੱਖ ਸੁੱਖ ਦੇ ਮੌਕੇ ਦੇ ਉੱਤੇ ਆਇਆ ਇਸ ਵਾਰੀ ਵੀ ਨਹੀਂ ਗਿਆ 24 ਘੰਟਿਆਂ ਦੇ ਦੌਰਾਨ ਅਜੇ ਤੱਕ ਵਿਨੋਦ ਖੰਨੇ ਦਾ ਨਹੀਂ ਪਤਾ ਕਿ ਉਹ ਕਿੱਥੇ ਹੈ ਜੀ ਅਤੇ ਜੀ ਨਾਲ ਨਾਲ ਇਸ ਦੇ ਕਿਰਨ ਬੇਦੀ ਦਾ ਵੀ ਬਿਆਨ ਆ ਗਿਆ ਕਿ ਇਹ ਜਿਹੜਾ ਖਾਲਿਸਤਾਨੀਆਂ ਦਾ ਗੜ੍ਹ ਸੀਗਾ ਕੋਈ ਵੀ ਘੱਟ ਨਹੀਂ ਰਿਹਾ ਇਸ ਵਿੱਚ ਤਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਖੁਫੀਆ ਏਜੰਸੀਆਂ ਨੇ ਵੀ ਦੱਸ ਦਿੱਤਾ ਹੋਇਆ ਸੀਗਾ ਕਿਉਂਕਿ ਜਦੋਂ ਖੁਫੀਆ ਏਜੰਸੀਆਂ ਦੱਸਦੀਆਂ ਜਾਂ ਕੋਈ ਵੀ ਦੱਸਦਾ ਆ ਉਹ ਹਮਲਾ ਆ ਜਿਹੜਾ ਕਦੀ ਵੀ ਹੋ ਸਕਦਾ ਆ ਆ ਸਿਆਸਤਦਾਨਾਂ ਨੂੰ ਵੀ ਪਤਾ ਸੀ ਸਾਰਾ ਕੁਛ ਹੀ ਪਰ ਜਿਹੜੀਆਂ ਕਹਿੰਦੇ ਪੰਜਾਬ ਦਾ ਜਿਹੜਾ ਜ਼ਿਆਦਾ ਅਸਲਾ ਆ ਉਹ ਮੰਤਰੀਆਂ ਨੂੰ ਬਚਾਉਣ 'ਤੇ ਉਹਨਾਂ ਨੇ ਕਾਬੂ ਕੀਤਾ ਉਹਨਾਂ ਦੇ ਦੁਆਲੇ ਲੱਗੇ ਰਹਿੰਦੇ ਆ ਜੀ ਪੰਜਾਬ ਦੇ ਜਿਹੜੇ ਬਹੁਤੇ ਥਾਣੇ ਨੇ ਉਹ AK-47 ਜਿਹੜੀਆਂ ਰਾਈਫਲਾਂ ਉਹਦੇ ਤੋਂ ਬਿਨਾਂ ਨੇ ਜੀ ਜੇ ਮੈਂ ਤੁਹਾਨੂੰ ਸਾਂਝਾ ਕੀਤਾ ਕਿ ਜਿਹੜੇ ਪੰਜਾਬ ਪੁਲਿਸ ਵਾਲੇ ਉਹ ਵੱਖ ਵੱਖ ਹੁਣ ਤਾਂ ਵੀਡੀਓਜ਼ ਪਈਆਂ ਨੇ ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ ਉਹਨਾਂ ਦੇ ਵਿੱਚ ਉਹ ਬਿਨਾਂ ਹੈਲਮੇਟ ਬਿਨਾਂ ਬੁਲੇਟ ਪਰੂਫ ਜੈਕਟ ਤੋਂ ਜਿਹੜਾ ਜੀ ਉਹ ਖੜੇ ਨੇ ਇਹ ਮੁੱਢਲੀਆਂ ਚੀਜ਼ਾਂ ਵੀ ਉਹਨਾਂ ਦੇ ਕੋਲੇ ਹੈ ਨਹੀਂ ਗੀਆਂ ਜਿਹੜੇ VIP ਲੋਕ ਨੇ ਤੇ ਆਫਿਸਰ ਜਿਹੜੇ ਨੇ ਉਹਨਾਂ ਨੇ ਆਪਣੀ ਸੁਰੱਖਿਆ ਦੇ ਵਾਸਤੇ AK-47 ਰਾਈਫਲਾਂ ਜਿਹੜੀਆਂ ਜੀ ਉਹ ਲਈਆਂ ਹੋਈਆਂ ਨੇ ਜਿਹੜੀਆਂ AK-47 ਰਾਈਫਲ ਆ ਇਹੋ ਜਿਹੇ ਹਮਲੇ ਦੇ ਵਾਸਤੇ ਇੱਕ ਬਿਹਤਰ ਕਾਰਗਰ ਹਥਿਆਰ ਜਿਹੜਾ ਜੀ ਮੰਨਿਆ ਜਾਂਦਾ ਜਿਹਦੀ ਕਿ ਫਾਇਰਿੰਗ ਤੇਜ਼ੀ ਦੇ ਨਾਲ ਜਿਹੜਾ ਹੁੰਦੀ ਹੈ
ਔਰ AK-47 ਜਿਹੜੀਆਂ ਰਾਈਫਲਾਂ ਨੇ ਇਹਨਾਂ ਦਾ ਚਰਚਾ ਇੱਕ ਵਾਰੀ ਜਿਹੜਾ ਦੀ ਫੇਰ ਆ ਗਿਆ। ਸੂਤਰੇ ਦੱਸਦੇ ਨੇ ਕਿ VIP ਲੋਕ ਤੇ ਵੱਡੇ ਆਫੀਸਰ ਜਿਹੜੇ ਨੇ ਉਹ AK-47 ਰਾਈਫਲਾਂ ਦੇ ਨਾਲ ਆਪਣੇ ਗਨਮੈਨਾਂ ਨੂੰ ਲੈਸ ਜਿਹੜਾ ਉਹ ਰੱਖਦੇ ਨੇ। AK-47 ਰਾਈਫਲ ਜਿਹੜੀ ਆ ਉਹ ਸਿਫਾਰਿਸ਼ ਦੇ ਨਾਲ ਲਈ ਜਾਂਦੀ ਹੈ। ਪੰਜਾਬ ਸਰਕਾਰ ਥਾਣਿਆਂ ਦੀ ਸੁਰੱਖਿਆ ਦਾਅ ਦੇ ਉੱਤੇ ਲਾ ਕੇ VIPs ਨੂੰ AK-47 ਰਾਈਫਲਾਂ ਜਿਹੜੀਆਂ ਦੀ ਉਹ ਵੰਡ ਰਹੀ ਹੈ। ਫਰੀਦਕੋਟ ਪੁਲਿਸ ਜਿਹੜੀ ਹੈ ਜੀ ਉਹਦੇ ਉਹਦੇ ਤੋਂ ਜਿਹੜੀ ਜਾਣਕਾਰੀ RTI ਦੇ ਮੁਤਾਬਕ ਉਹਦੇ ਅਨੁਸਾਰ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਪੁਲਿਸ ਥਾਣੇ ਦੇ ਵਿੱਚ AK-47 ਰਾਈਫਲ ਨਹੀਂ ਹੈਗੀ। ਅੱਧੀ ਦਰਜਨ ਪੁਲਿਸ ਥਾਣੇ ਇਹਨਾਂ ਰਾਈਫਲਾਂ ਤੋਂ ਵਾਂਝੇ ਨੇ। ਸਾਲ 2008 ਤੋਂ ਲੈ ਕੇ 11 ਤੱਕ ਇਸ ਜ਼ਿਲ੍ਹੇ ਦੇ ਵਿੱਚ ਕੁੱਲ 50 AK-47 ਸੀਗੀ ਆ। ਇਹ ਸਾਰੀਆਂ VIPs ਤੇ ਅਫਸਰਾਂ ਦੇ ਗਨਮੈਨਾਂ ਦੇ ਕੋਲੇ ਨੇ। ਕਿਸੇ ਵੀ ਥਾਣੇ ਦੇ ਵਿੱਚ ਕੋਈ AK-47 ਰਾਈਫਲ ਨਹੀਂ ਹੈਗੀ। 11 ਤੋਂ 12 ਦੇ ਵਿੱਚ ਇਸ ਜ਼ਿਲ੍ਹੇ ਨੂੰ 25 ਹੋਰ AK-47 ਰਾਈਫਲਾਂ ਮਿਲੀਆਂ ਸੀਗੀਆਂ। ਇਸ ਵੇਲੇ ਜ਼ਿਲ੍ਹਾ ਪੁਲਿਸ ਦੇ ਕੋਲੇ ਕੁੱਲ 75 AK-47 ਨੇ, ਜਿਹਦੇ ਵਿੱਚੋਂ 59 ਜਿਹੜੀਆਂ ਜੀ ਉਹ VIPs ਤੇ ਅਫਸਰਾਂ ਦੀ ਸੁਰੱਖਿਆ ਦੇ ਵਾਸਤੇ ਜਿਹੜੀਆਂ ਲੱਗੀਆਂ ਹੋਈਆਂ ਨੇ। ਬਠਿੰਡਾ ਜ਼ਿਲ੍ਹੇ ਦੇ ਪੁਲਿਸ ਥਾਣਿਆਂ ਦਾ ਵੀ ਇਹੀ ਹਾਲ ਹੈ। 20 ਥਾਣਿਆਂ ਦੇ ਵਿੱਚੋਂ ਸਿਰਫ 7 ਦੇ ਵਿੱਚ AK-47 ਰਾਈਫਲਾਂ ਨੇ, ਜਦੋਂ ਕਿ 13 ਇਹਦੇ ਤੋਂ ਸੱਖਣੇ ਨੇ। 100 ਦੇ ਕਰੀਬ AK-47 ਰਾਈਫਲਾਂ ਨੇ ਇਸ ਜ਼ਿਲ੍ਹੇ ਦੇ ਵਿੱਚ, ਔਰ ਜਿਹੜੀਆਂ ਦੀ 100 ਦੇ ਕਰੀਬ ਨੇ ਇਹਦੇ ਵਿੱਚੋਂ ਵੱਡੀ ਗਿਣਤੀ VIPs ਤੇ ਆਫੀਸਰਸ ਦੇ ਜਿਹੜਾ ਕੋਲ ਨੇ। ਸਰਹੱਦੀ ਖੇਤਰ ਦੇ ਵਿੱਚ ਕਰੀਬ 9500 AK-47 ਰਾਈਫਲ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇ। ਇਹਨਾਂ ਦੀ ਹਾਲਤ ਥੋੜ੍ਹੀ ਜਿਹੀ ਜਿਹੜੀ ਹੈ ਜੀ ਇਹਨਾਂ ਡਿਸਟ੍ਰਿਕਟ ਨਾਲੋਂ ਬੈਟਰ ਹੈ। ਫਿਰੋਜ਼ਪੁਰ ਪੁਲਿਸ ਜਿਹੜੀ ਹੈ ਜੀ ਉਹਦੇ ਅਨੁਸਾਰ 96 ਪੁਲਿਸ ਆਫੀਸਰਸ ਨੂੰ AK-47 ਰਾਈਫਲਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ। ਇਸ ਜ਼ਿਲ੍ਹੇ ਦੇ ਵਿੱਚ ਕੁਝ NGOs ਅਸਲੇ ਦੀ ਕਮੀ ਮਹਿਸੂਸ ਕਰ ਰਹੇ ਨੇ। ਹਾਕਮ ਧਿਰ ਦੇ ਛੋਟੇ ਵੱਡੇ ਨੇਤਾ ਜਿਹੜੇ ਨੇ ਉਹ AK-47 ਰਾਈਫਲਾਂ ਦੇ ਨਾਲ ਉਹਨਾਂ ਦੇ ਜਿਹੜੇ ਸਿਕਿਉਰਿਟੀ ਕਰ ਰਹੇ ਉਹ ਲੈਸ ਨੇ ਜੀ। ਜਿਹੜਾ ਫਿਰੋਜ਼ਪੁਰ ਰੇਂਜ ਦੇ ਵਿੱਚ ਕਿੰਨੀਆਂ ਰਾਈਫਲ ਦੀ ਜ਼ਰੂਰਤ ਹੈ ਔਰ ਉਨੀਆਂ ਕੁ ਜਿਹੜੀਆਂ ਜੀ ਉਹ ਮੌਜੂਦ ਦੱਸੀਆਂ ਜਾਂਦੀਆਂ ਨੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ AK-47 ਰਾਈਫਲ ਜਿਹੜੀਆਂ ਬਹੁਤ ਘੱਟ ਨੇ, ਜਿੰਨੀਆਂ ਹੈਗੀਆਂ ਨੇ ਉਹ ਜਿਹੜੇ VIP ਲਈ ਫਿਰਦੇ ਨੇ। ਹੁਣ ਆਮ ਲੋਕਾਂ ਦੀ ਸੁਰੱਖਿਆ ਤਾਂ ਹੈ ਨਹੀਂ ਜੀ, ਧਾਰਾਂ ਤਾਂ ਫਿਰਦੀਆਂ ਨੇ ਇਹਨਾਂ ਦੇ ਨਾਲ ਅੱਗੇ ਪਿੱਛੇ, ਜਿਹੜੀਆਂ ਕਿੰਨੀਆਂ ਕਿੰਨੀਆਂ ਕੋਈ ਗਿਣਤੀ ਮਿਣਤੀ ਹੀ ਨਹੀਂ। ਤੇ AK-47 ਜਿਹੜੀਆਂ ਜੀ ਜਿਹਦਾ ਜਿੰਨਾ ਜ਼ੋਰ ਲੱਗ ਗਿਆ, ਜਿਹਦਾ ਜਿੰਨਾ ਵੱਡੀ ਸਿਫਾਰਿਸ਼ ਹੋਈ ਉਹ ਲੈ ਜਾਂਦਾ, ਕਿਉਂਕਿ ਸਿਫਾਰਿਸ਼ ਦੇ ਨਾਲ ਇਹ ਜਿਹੜਾ ਕਾਫਲਾ ਜੀ ਉਹਦੇ ਵਿੱਚ ਲਾਈ ਜਾਂਦੀ ਹੈ। ਤੋ ਸਾਰੀਆਂ ਇਹੀ ਲਈ ਫਿਰਦੇ ਨੇ ਜੀ। ਆ ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕੁਝ ਕੁ ਜ਼ਿਲ੍ਹਿਆਂ ਦੇ ਨਾਂ ਲਏ ਆ ਜਾਂ ਗੁਰਦਾਸਪੁਰ ਦਾ ਲਿਆ ਆ, ਇਹ ਸਰਹੱਦੀ ਇਲਾਕਾ ਆ, ਇੱਥੇ ਜਿਹੜਾ ਜ਼ਿਆਦਾ ਚੌਕਸੀ ਚਾਹੀਦੀ ਹੈ, ਜ਼ਿਆਦਾ ਇਹਨਾਂ ਦੇ ਕੋਲ ਪ੍ਰਬੰਧ ਜਿਹੜੇ ਚਾਹੀਦੇ, ਪਰ ਉੱਥੇ ਘੱਟ ਆ। ਅਤੇ ਆਪਾਂ ਅੱਗੇ ਜੀ ਗੱਲ ਕਰੀਏ ਭਾਰਤ ਰਤਨ ਸਾਡੇ ਸਾਬਕਾ ਰਾਸ਼ਟਰਵਾਦੀ ਅਬਦੁਲ ਕਲਾਮ ਦਾ ਦੇਹਾਂਤ, ਉਹ ਨਹੀਂ ਰਹੇ ਇਸ ਦੁਨੀਆਂ ਦੇ ਵਿੱਚ। ਇੱਕ ਅਖਬਾਰ ਸੁੱਟਣ ਵਾਲਾ ਹਾਕਰ ਬੱਚਾ ਜਿਹੜਾ ਸੀਗਾ ਜੀ, ਉਹ ਉਹਦਾ ਮਿਜ਼ਾਈਲ ਮੈਨ ਬਣਨਾ, ਇਹਦੇ ਪਿੱਛੇ ਉਹਨਾਂ ਦੀ ਦ੍ਰਿੜਤਾ, ਉਹਨਾਂ ਦੀ ਕਮਿਟਮੈਂਟ ਜਿਹੜੀ ਹੈ ਜੀ ਉਹ ਕਹੀ ਜਾਂਦੀ ਹੈ। ਕੋਈ ਦਾਵਾ ਕਰਨ ਦੇ ਵਿੱਚ ਚਾਚਾ ਬਣਿਆ ਫਿਰੇ, ਤਾਇਆ ਬਣਿਆ ਫਿਰੇ, ਪਰ ਅਸਲ ਦੇ ਵਿੱਚ ਜੇ ਕੋਈ ਰਾਸ਼ਟਰਪਤੀ ਹੁਣ ਤੱਕ ਮੁਲਕ ਦਾ ਲੋਕਾਂ ਦੇ ਦਿਲਾਂ ਦੇ ਉੱਤੇ ਜਿਹੜਾ ਦੀ ਰਾਜ ਕਰ ਰਿਹਾ ਜਾਂ ਕਰਦਾ ਰਿਹਾ ਤਾਂ ਉਹ APJ ਅਬਦੁਲ ਕਲਾਮ ਹੈ। ਇੰਨਾ ਕੋਈ ਰਾਸ਼ਟਰਪਤੀ ਲੋਕਾਂ ਦੇ ਨੇੜੇ ਜਿਹੜਾ ਦੀ ਉਹ ਨਹੀਂ ਰਿਹਾ। ਜਿਹੜੇ ਪੋਖਰਨ ਧਮਾਕੇ ਹੋਏ ਸਨ ਉਹਦੇ ਵਿੱਚ ਬਹੁਤ ਵੱਡਾ ਇੱਕ ਯੋਗਦਾਨ APJ ਅਬਦੁਲ ਕਲਾਮ ਹੋਰਾਂ ਦਾ ਸੀਗਾ। ਮੁੜ ਕੇ ਉਹਨਾਂ ਨੂੰ ਰਾਸ਼ਟਰਪਤੀ ਜਿਹੜਾ ਸੀਗਾ ਉਹ 92 ਦੇ ਵਿੱਚ ਬਣਾਇਆ ਗਿਆ, ਮਾਫ਼ ਕਰਨਾ, 2002 ਦੇ ਵਿੱਚ ਬਣਾਇਆ ਗਿਆ। 2 ਤੋਂ ਲੈ ਕੇ 7 ਤੱਕ ਜਿਹੜਾ ਸੀ ਉਹ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਰਹੇ। ਲੋਕਾਂ ਦੇ ਬਹੁਤ ਉਹ ਨੇੜੇ ਸਨ, ਹਰ ਚਿੱਠੀ ਹਰ ਈਮੇਲ ਦਾ ਖੁਦ ਜਿਹੜਾ ਉਹ ਜਵਾਬ ਦਿੰਦੇ ਸਨ। ਕੁਝ ਗੱਲਾਂ ਉਹਨਾਂ ਦੀਆਂ ਵਰਲਡ ਵਾਈਡ ਜਿਹੜੀਆਂ ਜੀ ਫੇਮਸ ਹੋਈਆਂ। ਬੇਸ਼ੱਕ ਅੱਜ ਸਵੇਰ ਤੋਂ ਜਿਹੜੇ ਜੀ ਲੋਕ ਸਕੂਲਾਂ ਦੇ ਵਿੱਚ ਫੋਨ ਕਰਕੇ ਪੁੱਛਦੇ ਨੇ ਕਿ ਬੱਚਿਆਂ ਨੂੰ ਛੁੱਟੀ ਹੈ, ਜਦੋਂ ਕਿ APJ ਅਬਦੁਲ ਕਲਾਮ ਹੋਰਾਂ ਦਾ ਇੱਕ ਬੜਾ ਫੇਮਸ ਹੋਇਆ ਸੀ, ਉਹਨਾਂ ਨੇ ਕਿਹਾ ਸੀਗਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਮੇਰੇ ਮਰਨ ਦੇ ਉੱਤੇ ਛੁੱਟੀ ਨਾ ਕਰਨਾ, ਉਸ ਦਿਨ ਦੁੱਗਣਾ ਕੰਮ ਜਿਹੜਾ ਜੀ ਉਹ ਕਰਨਾ। ਇੱਕ ਉਹਨਾਂ ਦੀ ਕਹਾਵਤ ਜਿਹੜੀ ਬੜੀ ਫੇਮਸ ਹੋਈ ਸੀ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਸੁੱਤਿਆਂ ਲਏ ਜਾਂਦੇ ਨੇ, ਸੁਪਨੇ ਉਹ ਹੁੰਦੇ ਨੇ ਜਿਹੜੇ ਨੀਂਦ ਨਾ ਆਉਣ ਦੇਣ। ਇਹ ਵਰਲਡ ਫੇਮਸ ਉਹਨਾਂ ਦਾ ਜਿਹੜਾ ਇੱਕ ਜਿਹੜਾ ਕਹਾਵਤ ਸੀਗੀ ਜੀ ਉਹ ਫੇਮਸ ਹੋਈ ਸੀਗੀ। APJ ਅਬਦੁਲ ਕਲਾਮ ਹੋਰੀ ਕਹਿੰਦੇ ਸਨ ਕਿ ਮੈਂ ਦੁਨੀਆ ਤੋਂ ਕੰਮ ਕਰਦਾ ਤੁਰ ਜਾਣਾ ਚਾਹੁੰਦਾ, ਬਿਮਾਰ ਹੋ ਕੇ ਮੰਜੇ ਦੇ ਉੱਤੇ ਪੈ ਕੇ ਨਹੀਂ ਤੁਰਨਾ ਚਾਹੁੰਦਾ, ਤੇ ਇਹ ਗੱਲ ਉਹਨਾਂ ਨੇ ਸੱਚ ਵੀ ਜਿਹੜੀ ਉਹ ਕਰ ਵਿਖਾਈ। ਸ਼ਿਲੋਂਗ ਦੇ ਵਿੱਚ ਇੱਕ ਸਮਾਗਮ ਸੀਗਾ, ਕੋਈ ਵੀ ਜਿਹੜਾ ਸਾਬਕਾ ਰਾਸ਼ਟਰਪਤੀ ਹੈ ਇੰਨਾ ਸਰਗਰਮ ਨਹੀਂ ਰਿਹਾ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਜਿੰਨੇ APJ ਅਬਦੁਲ ਕਲਾਮ ਹੋਰੀ ਸਰਗਰਮ ਸਨ। ਸ਼ਿਲੋਂਗ ਦੇ ਵਿੱਚ ਉਹ ਲੈਕਚਰ ਕਰ ਰਹੇ ਸਨ ਇੱਕ ਸਮਾਗਮ ਦੇ ਵਿੱਚ, ਜਿੱਥੇ ਉਹ ਡਿੱਗ ਪਏ, ਉਹਨਾਂ ਨੂੰ ਤੁਰੰਤ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਔਰ ਜਿਹੜੇ ਡਾਕਟਰ ਸੀਗੇ ਜੀ ਉਹਨਾਂ ਨੇ ਉਹਨਾਂ ਨੂੰ ਡੈਡ ਜਿਹੜਾ ਜੀ ਉਹ ਡਿਕਲੇਅਰ ਕਰ ਦਿੱਤਾ ਔਰ ਰਸਤੇ ਦੇ ਵਿੱਚ ਹੀ ਉਹਨਾਂ ਦੀ ਅਸਲ ਦੇ ਵਿੱਚ ਡੈਥ ਜਿਹੜੀ ਹੈ ਜੀ ਉਹ ਹੋ ਗਈ ਦੱਸੀ ਜਾਂਦੀ ਆ। ਔਰ APJ ਅਬਦੁਲ ਕਲਾਮ ਹੋਰਾਂ ਦੇ ਸ਼ੋਕ ਦੇ ਵਿੱਚ 7 ਦਿਨ ਜਿਹੜਾ ਜੀ ਇੱਥੇ ਝੰਡੇ ਜਿਹੜੇ ਨੇ ਉਹ ਦੀਵੇ ਰਹਿਣਗੇ। ਸ਼ਾਇਦ ਬਹੁਤ ਘੱਟ ਚਾਂਸ ਹੁੰਦਾ ਕਿ ਇਹੋ ਜਿਹਾ ਵਿਅਕਤੀ ਜਿਹੜਾ ਜੀ ਉਹ ਦੁਨੀਆਂ ਦੇ ਵਿੱਚ
ਮੁੜ ਕੇ ਆਵੇ ਜਿਹੜਾ ਕਿ ਲੋਕਾਂ ਦੇ ਇੰਨਾ ਨੇੜੇ ਜਿਹੜਾ ਦੀ ਰਿਹਾ ਹੋਵੇ ਕਿ ਲੋਕ ਉਹਨੂੰ ਆਪਣਾ ਸਮਝਦੇ ਹੋਣ। ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੀ ਸੇਵਾ ਹੋਈ ਸੀਗੀ ਵੇਈ ਦੀ, ਉਹਨੂੰ ਵੇਖਣ ਉਚੇਚੇ ਤੌਰ ਦੇ ਉੱਤੇ ਉਹ ਆਏ ਸਨ। ਤੇ ਮੈਨੂੰ ਯਾਦ ਹੈ ਕਿ ਇੱਥੇ ਫਤਿਹਗੜ੍ਹ ਸਾਹਿਬ ਤੋਂ ਇੱਕ ਸਕੂਲ ਹੈ ਜੀ, ਉਹਨਾਂ ਦੇ ਪ੍ਰਿੰਸੀਪਲ ਨੇ ਇੱਕ ਈਮੇਲ ਉਹਨਾਂ ਨੂੰ ਲਿਖ ਦਿੱਤੀ ਕਿ ਜਦੋਂ ਕਿਤੇ ਪੰਜਾਬ ਦੇ ਵਿੱਚ ਆਓ ਤਾਂ ਸਾਡਾ ਸਕੂਲ ਵੇਖਣਾ, ਅਸੀਂ ਇੱਕ ਨਵੇਕਲੇ ਢੰਗ ਨਾਲ ਚਲਾਉਂਦੇ ਹਾਂ। ਪ੍ਰਿੰਸੀਪਲ ਦੇ ਦਿਲ 'ਚੋਂ ਗੱਲ ਆਈ ਗਈ ਹੋਗੀ, ਪਰ 2 ਸਾਲ ਬਾਅਦ ਉਹਨਾਂ ਨੂੰ ਫੋਨ ਆਇਆ ਰਾਸ਼ਟਰਪਤੀ ਭਵਨ ਤੋਂ ਕਿ ਕਲਾਮ ਸਾਹਿਬ ਦਾ ਦੌਰਾ ਜਿਹੜਾ ਜੀ ਪੰਜਾਬ ਦਾ ਸੈੱਟ ਹੋ ਰਿਹਾ, ਤੇ ਤੁਸੀਂ ਈਮੇਲ ਲਿਖੀ ਸੀ 2 ਸਾਲ ਪਹਿਲਾਂ, ਉਹ ਸਕੂਲ ਵੇਖਣ ਆਉਣਾ ਚਾਹੁੰਦੇ ਨੇ। ਭਾਵੇਂ ਉਹ ਐਡੀ ਛੋਟੀ ਛੋਟੀ ਗੱਲ ਜਿਹੜੀ ਹੈ ਉਹਨੂੰ ਚੇਤਾ ਰੱਖਦੇ ਸਨ, ਔਰ ਆਮ ਲੋਕਾਂ ਦੇ ਇਸੇ ਕਰਕੇ ਹੀ ਉਹ ਨੇੜੇ ਸਨ। ਬੇਸ਼ੱਕ 88 ਸਾਲ ਦੀ ਉਮਰ ਦੇ ਵਿੱਚ ਅਬਦੁਲ ਕਲਾਮ ਹੋਰੀ ਤੁਰ ਗਏ, ਪਰ ਅਸਲ ਦੇ ਵਿੱਚ ਉਹ ਲੋਕਾਂ ਦੇ ਦਿਲਾਂ ਦੇ ਵਿੱਚੋਂ ਕਦੀ ਵੀ ਜਾ ਨਹੀਂ ਸਕਣਗੇ। ਜੀ ਜੀ ਬਿਲਕੁਲ, ਜਿਹੜੇ ਮਹਾਨ ਲੋਕ ਹੁੰਦੇ ਆ ਉਹਨਾਂ ਦਾ ਜਿਹੜਾ ਬਹੁਤ ਵੱਡੀ ਛਾਪ ਸਦੀਆਂ ਤੱਕ ਛਾਪ ਆ ਜਿਹੜੀ ਛੱਡ ਜਾਂਦੇ ਜੀ। ਅੱਗੇ ਜੀ ਗੱਲ ਕਰਦੇ ਹਾਂ ਜੱਕੂ ਮੈਮਨ ਦੀ, ਜਿਸ ਦਾ ਕੇਸ ਆ ਸੁਪਰੀਮ ਕੋਰਟ ਦੇ ਵਿੱਚ ਸੀ, ਤੇ ਸੁਪਰੀਮ ਕੋਰਟ ਨੇ ਜਨਰਲ ਤੋਂ ਸਪਸ਼ਟੀਕਰਨ ਮੰਗਿਆ। ਇਹ ਅਟੋਰਨੀ ਜਨਰਲ ਤੋਂ ਸਪਸ਼ਟੀਕਰਨ ਜਿਹੜਾ ਦੀ ਮੰਗਿਆ ਹੈ, 1993 ਦੇ ਬੰਬ ਧਮਾਕਿਆਂ ਦਾ ਜਿਹੜਾ ਦੋਸ਼ੀ ਹੈ ਯਾਕੂਬ ਮੈਮਨ, ਉਹਦੀ ਜਿਹੜੀ ਮੌਤ ਦੀ ਸਜ਼ਾ, ਇਹਦੇ ਉੱਤੇ ਕਈ ਸਵਾਲ ਜਿਹੜੇ ਦੀ ਉਹ ਖੜੇ ਹੋ ਗਏ ਨੇ। ਸੁਪਰੀਮ ਕੋਰਟ ਨੇ ਅਟੋਰਨੀ ਜਨਰਲ ਮੁਕੁਲ ਰਸਤੋਗੀ ਜਿਹੜਾ ਦੀ ਉਹਨੂੰ ਅੱਜ ਜਿਹੜਾ ਜੀ ਇਹਦੇ ਸੰਬੰਧੀ ਜਿਹੜੀ ਸਥਿਤੀ ਆ ਉਹ ਸਪਸ਼ਟ ਕਰਨ ਦੇ ਵਾਸਤੇ ਸੱਦਿਆ ਜੀ। ਜਸਟਿਸ ਏਲ ਦੇ ਉੱਤੇ ਕੁਲਿਨ ਜੋਸਫ ਜਿਹੜੇ ਨੇ ਉਹਨਾਂ ਦੇ ਬੈਂਚ ਨੇ ਯਾਕੂਬ ਮੈਮਨ ਨੂੰ ਮੌਤ ਦੀ ਸਜ਼ਾ ਦੇ ਉੱਤੇ ਅਮਲ ਤੇ ਰੋਕ ਲਾਉਣ ਦੀ ਅਪੀਲ ਦੇ ਉੱਤੇ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਇਹ ਸੋਧ ਪਟੀਸ਼ਨ ਦੇ ਨਾਲ ਸੰਬੰਧਿਤ ਨਿਯਮ ਤੇ ਉਹਦੇ ਦਾਇਰੇ ਬਾਰੇ ਸਥਿਤੀ ਜਿਹੜੀ ਆ ਉਹ ਸਪਸ਼ਟ ਕਰਨ ਦੇ ਵਾਸਤੇ ਆਖਿਆ। ਅਟਾਰਨੀ ਜਨਰਲ ਦਾ ਵਿਚਾਰ ਸੀਗਾ ਜੀ ਕਿ ਸੋਧ ਪਟੀਸ਼ਨ 21 ਜੁਲਾਈ ਨੂੰ ਰੱਦ ਹੋਣ ਦੇ ਨਾਲ ਦੋਸ਼ੀ ਜਿਹੜਾ ਸਾਰੇ ਕਾਨੂੰਨ ਰਾਹ ਹੁਣ ਉਹਦੇ ਬੰਦ ਹੋ ਚੁੱਕੇ ਨੇ, ਜਦੋਂ ਕਿ ਮੈਮਨ ਦੇ ਵਕੀਲ ਜਿਹੜਾ ਰਾਜੂ ਰਾਮ ਚੰਦਰਨ ਉਹਨੇ ਦਾਅਵਾ ਕੀਤਾ ਕਿ ਮੈਮਨ ਦੀ ਅਪੀਲ ਦੇ ਉੱਤੇ ਗੌਰ ਕਰਨ ਦੇ ਮੌਕੇ ਅਦਾਲਤ ਨੇ ਸਹੀ ਪ੍ਰਕਿਰਿਆ ਜਿਹੜੀ ਹੈ ਜੀ ਉਹ ਨਹੀਂ ਅਪਣਾਈ। ਉਹਦਾ ਵਕੀਲ ਕਹਿੰਦਾ ਹੈ ਕਿ ਪਟੀਸ਼ਨ ਪੈਂਡਿੰਗ ਹੋਣ ਦੌਰਾਨ ਮੌਤ ਦੀ ਸਜ਼ਾ ਨਹੀਂ ਸੁਣਾਈ ਗਈ, ਸਗੋਂ ਟਾਡਾ ਅਦਾਲਤ ਨੇ ਇਹ ਦੱਸਣ ਦਾ ਮੌਕਾ ਨਹੀਂ ਦਿੱਤਾ ਕਿ ਕੀ ਮੈਮਨ ਨੇ ਸਾਰੇ ਕਾਨੂੰਨੀ ਹੀਲੇ ਜਿਹੜੇ ਉਹ ਵਰਤ ਲਏ ਨੇ ਜਾਂ ਨਹੀਂ। ਇਹਦੇ ਵਿੱਚ ਇੰਨਾ ਜ਼ਰੂਰ ਹੈ ਜੀ ਕਿ ਉਹਦੀ ਸਜ਼ਾ ਦੇ ਉੱਤੇ ਸਟੇ ਨਹੀਂ ਲੱਗਿਆ, ਅੱਜ ਇਹਦਾ ਜਿਹੜਾ ਜੀ ਪਤਾ ਲੱਗੂਗਾ, ਕਿਉਂਕਿ 30 ਤਰੀਕ ਉਹਦਾ ਫਾਂਸੀ ਦਾ ਦਿਨ ਜਿਹੜਾ ਜੀ ਉਹ ਨਿਯਤ ਹੈ, ਉਹਦੀ ਫਾਂਸੀ ਦੀ ਤਿਆਰੀ ਵੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਔਰ ਇਹ ਕਿਹਾ ਜਾ ਰਿਹਾ ਕਿ ਉਹਦੀ ਫਾਂਸੀ ਜਿਹੜੀ ਹੈ ਜੀ ਇਹ ਸ਼ਾਇਦ ਮਹਿੰਗੀਆਂ ਫਾਂਸੀਆਂ ਦੇ ਵਿੱਚੋਂ ਇੱਕ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਪਰ ਅੱਜ ਸੁਪਰੀਮ ਕੋਰਟ ਜਿਹੜੀ ਹੈ ਜੀ ਇਹ ਜਿਹੜਾ ਅਟੋਰਨੀ ਜਨਰਲ ਹੈ ਉਹਦੀ ਸੁਣਨ ਤੋਂ ਬਾਅਦ ਗੱਲਬਾਤ ਜਿਹੜੀ ਹੈ ਜੀ ਉਹ ਦੱਸੂਗੀ ਜੀ ਕਿ ਇਹਦੇ ਉੱਤੇ ਸਟੇ ਮਿਲਦਾ ਜਾਂ ਫਿਰ ਇਹ ਕੰਟੀਨਿਊ ਰਹਿੰਦੀ ਹੈ ਜੀ। ਅਤੇ ਜੀ ਅੱਗੇ ਸਵਾਲ ਹੈ ਕਿ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਸੂਰਤ ਸਿੰਘ ਖਾਲਸਾ ਨਾਲ ਮੁਲਾਕਾਤ ਹੋਈ ਹੈ ਜੀ। ਜਿਹੜੇ ਸੂਰਤ ਸਿੰਘ ਖਾਲਸਾ ਉਹਨਾਂ ਨੂੰ ਮਿਲਣ ਗਏ ਨੇ ਜੀ ਦੇਰ ਬਾਅਦ ਹੀ ਸਹੀ, ਔਰ ਉਹ ਜਿਹੜਾ ਪਿਛਲੇ ਬੂਹੇ ਥਾਣੀ ਗਏ ਕਹਿ ਲਓ ਜੀ, ਕਿਸੇ ਦੇ ਨਾਲ ਉਹਨਾਂ ਨੇ ਗੱਲਬਾਤ ਜਿਹੜੀ ਹੈ ਜੀ ਨਹੀਂ ਕੀਤੀ। ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਉੱਥੇ ਜਾ ਕੇ ਇਹ ਗੱਲ ਆਖੀ ਹੈ ਸੂਰਤ ਸਿੰਘ ਖਾਲਸਾ ਹੋਰਾਂ ਨੂੰ ਕਿ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਸਿਰ ਤੋੜ ਯਤਨ ਕਰ ਰਹੀ ਹੈ ਇਹਨਾਂ ਬੰਦੀਆਂ ਦੀ ਰਿਹਾਈ ਦੇ ਵਾਸਤੇ। ਇਹ ਉਹਨਾਂ ਨੂੰ ਦੱਸਿਆ ਗਿਆ ਕਿ ਵੱਖ ਵੱਖ ਜਿਹੜੇ ਰਾਜ ਨੇ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਤੇ ਉੱਥੇ ਜਿਹੜੇ ਰਾਜਪਾਲ ਨੇ ਉਹਨਾਂ ਨੂੰ ਚਿੱਠੀਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਲਿਖੀਆਂ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਇਹਨਾਂ ਚਿੱਠੀਆਂ ਦਾ ਤੁਰੰਤ ਜਵਾਬ ਨਹੀਂ ਆਇਆ, ਪਰ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਹਿੰਮਤ ਨਹੀਂ ਹਾਰੂਗੀ, ਮੁੱਖ ਮੰਤਰੀ ਹਿੰਮਤ ਨਹੀਂ ਹਾਰੂਗੇ, ਉਹ ਜਿਹੜੀ ਹੈ ਜੀ ਇਹਦੇ ਸੰਬੰਧੀ ਯਤਨ ਜਿਹੜੇ ਨੇ ਉਹ ਕਰ ਰਹੇ ਨੇ, ਕਰਦੇ ਰਹਿਣਗੇ। ਔਰ ਉਹਨਾਂ ਨੇ ਸੂਰਜ ਸਿੰਘ ਖਾਲਸਾ ਹੋਰਾਂ ਨੂੰ ਇਹ ਕਿਹਾ ਕਿ ਉਹ ਨਾ ਸਮਝਣ ਕਿ ਜਿਹੜੀ ਸਰਕਾਰ ਆ ਉਹ ਇਹਦੇ ਸੰਬੰਧ ਦੇ ਵਿੱਚ ਕੋਈ ਯਤਨ ਜਿਹੜਾ ਜੀ ਉਹ ਨਹੀਂ ਕਰ ਰਹੀ। ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਅਵਤਾਰ ਸਿੰਘ ਮੱਕਰ ਹੁਰੀ ਵੀ ਸਨ ਜੀ, ਇਉਂ ਚੋਰੀਓਂ ਜਿਹੜੀ ਜੀ ਉਹ ਮੁਲਾਕਾਤ ਕੀਤੀ ਜਾਣੀ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਜੀ। ਜਿਹੜੀ ਪੁਲਿਸ ਹੈ ਉਹ ਜਿਹਨੂੰ ਚਾਹੁੰਦੀ ਹੈ ਮੁਲਾਕਾਤ ਕਰਨ ਦਿੰਦੀ ਹੈ, ਜਿਹਨੂੰ ਚਾਹੁੰਦੀ ਹੈ ਉਹ ਮੁਲਾਕਾਤ ਨਹੀਂ ਕਰਨ ਦਿੰਦੀ। ਜਰਨੈਲ ਸਿੰਘ ਜਿਹੜੇ ਕਿ ਪੱਤਰਕਾਰ ਸਨ ਪਹਿਲਾਂ, ਅੱਜ ਕੱਲ੍ਹ MLA ਨੇ ਆਮ ਆਦਮੀ ਪਾਰਟੀ ਦੇ, ਉਹ ਮਿਲਣ ਗਏ ਸਨ। ਪੁਲਿਸ ਨੇ ਉਹਨਾਂ ਨੂੰ ਮੁਲਾਕਾਤ ਜਿਹੜੀ ਹੈ ਜੀ ਸੂਰਜ ਸਿੰਘ ਖਾਲਸਾ ਹੋਰਾਂ ਦੇ ਨਾਲ ਨਹੀਂ ਕਰਨ ਦਿੱਤੀ। ਉੱਧਰ ਜਿਹੜੀ ਸਿੱਖ ਸੰਘਰਸ਼ ਕਮੇਟੀ ਬਣਾਈ ਹੈ ਉਹਦੇ ਜਿਹੜੇ ਕਨਵੀਨਰ ਨੇ ਗੁਰਦੀਪ ਸਿੰਘ, ਉਹਨਾਂ ਨੂੰ ਬਠਿੰਡੇ ਦੀ ਪੁਲਿਸ ਨੇ ਤੀਜੀ ਵਾਰੀ ਫਿਰ ਜਿਹੜਾ ਜੀ ਉਹ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਭੇਜ ਦਿੱਤਾ। ਜੀ ਤੇ ਅੱਗੇ ਗੱਲ ਕਰਦੇ ਹਾਂ ਜੀ ਮਹਾਰਾਜਾ ਫਰੀਦਕੋਟ ਦੀਆਂ ਜ਼ਮੀਨਾਂ ਦਾ, ਉਸ ਦੀ ਗੱਲ ਕਰਦੇ ਹਾਂ ਕਿ ਜਿਹੜੇ ਕਾਬਜ਼ਕਾਰ ਸੀ ਉਹਨਾਂ ਨੂੰ ਮਾਲਕੀ ਦੇ ਹੱਕ ਮਿਲ ਗਏ ਤੇ ਸਰਕਾਰ ਇਹ ਹੱਕ ਗਵਾ ਬੈਠੀ ਆ। ਮਹਾਰਾਜਾ ਫਰੀਦਕੋਟ ਹਰਿੰਦਰ ਸਿੰਘ ਬਰਾੜ ਦੀਆਂ ਜ਼ਮੀਨਾਂ ਤੇ ਜਿਹੜੇ
ਲੰਮੇ ਸਮੇਂ ਤੋਂ ਖੇਤੀ ਕਰ ਰਹੇ ਜਿਹੜੇ ਕਾਬਜ਼ਕਾਰ ਸੀਗੇ ਜੀ ਉਹਨਾਂ ਨੂੰ ਮਾਲਕੀ ਦੇ ਅਧਿਕਾਰ ਦੇ ਦਿੱਤੇ ਗਏ ਨੇ ਔਰ ਪੰਜਾਬ ਸਰਕਾਰ ਦੀ ਮਾਲਕੀ ਖਤਮ ਹੋ ਗਈ ਹੈ ਜੀ। ਮੁਕਤਸਰ ਬਠਿੰਡਾ ਸੜਕ ਦੇ ਉੱਤੇ ਪਿੰਡ ਅਬਲੂ ਜਿਹੜਾ ਕਿ ਪਹਿਲਾਂ ਫਰੀਦਕੋਟ ਤੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਰਿਆਸਤ ਦਾ ਹਿੱਸਾ ਸੀਗਾ ਜੀ ਉੱਥੋਂ ਦੇ ਰਹਿਣ ਵਾਲਿਆਂ ਵੱਲੋਂ ਮਹਾਰਾਜੇ ਦੀਆਂ ਜ਼ਮੀਨਾਂ ਦੇ ਉੱਤੇ ਲੰਮੇ ਸਮੇਂ ਤੋਂ ਖੇਤੀ ਕੀਤੀ ਜਾ ਰਹੀ ਸੀਗੀ ਜੀ। ਇਹ ਜਿਹੜੇ ਕਾਸ਼ਤਕਾਰ ਨੇ ਖੁਸ਼ਹਾਲ ਕੌਰ ਦੇ ਪੁਰਖੇ ਵੀ ਆਜ਼ਾਦੀ ਤੋਂ ਪਹਿਲਾਂ ਦੇ ਰਾਜੇ ਦੀਆਂ ਜ਼ਮੀਨਾਂ ਦੇ ਉੱਤੇ ਕਾਸ਼ਤ ਕਰਦੇ ਆ ਰਹੇ ਸੀਗੇ। ਇਹ ਜ਼ਮੀਨਾਂ ਰਾਜੇ ਦੇ ਵੱਲੋਂ ਖੁਸ਼ਹਾਲ ਕੌਰ ਦੇ ਪੁਰਖਿਆਂ ਨੂੰ ਬਿਨਾਂ ਕਿਸੇ ਲਗਾਨ ਦੇ ਖੇਤੀਬਾੜੀ ਕਰਨ ਦੇ ਵਾਸਤੇ ਦਿੱਤੀਆਂ ਗਈਆਂ ਸੀਗੀਆਂ ਜੀ। 1950 ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਜਦੋਂ ਦੇਸ਼ ਭਰ ਦੇ ਵਿੱਚ ਰਿਆਸਤਾਂ ਖਤਮ ਕਰਨ ਦੇ ਜਾਰੀ ਕੀਤੇ ਗਏ ਹੁਕਮ ਸੀਗੇ ਤੇ ਉਹਦੇ ਅਧੀਨ ਫਰੀਦਕੋਟ ਰਾਜੇ ਦੀ ਰਿਆਸਤ ਵੀ ਖਤਮ ਕਰਕੇ ਪੰਜਾਬ ਦੇ ਵਿੱਚ ਸ਼ਾਮਿਲ ਕਰ ਦਿੱਤੀ ਗਈ ਸੀ। 1954 ਦੇ ਵਿੱਚ ਪੰਜਾਬ ਸਰਕਾਰ ਮਹਾਰਾਜੇ ਦੀਆਂ ਜ਼ਮੀਨਾਂ ਦੀ ਮਾਲਕ ਬਣ ਗਈ। ਸਰਕਾਰ ਨੇ ਜ਼ਮੀਨਾਂ ਦਾ ਕਬਜ਼ਾ ਲੈਣ ਲਈ ਜਿਹੜੇ ਵਾਹੀ ਕਰਨ ਵਾਲੇ ਸੀ ਉਹਨਾਂ ਦੇ ਉੱਤੇ ਦਬਾਅ ਪਾਉਂਦਿਆਂ 1990 ਦੇ ਵਿੱਚ ਇਹਨਾਂ ਜ਼ਮੀਨਾਂ ਦੀ ਨਿਲਾਮੀ ਕਰਨ ਦੇ ਹੁਕਮ ਦਿੱਤੇ ਸੀਗੇ ਜਿਹਦੇ ਤੇ ਖੁਸ਼ਹਾਲ ਕੌਰ ਤੇ ਬਾਕੀਆਂ ਨੇ ਅਦਾਲਤ ਦਾ ਬੂਹਾ ਖੜਕਾਇਆ ਸੀਗਾ ਜੀ। ਹੁਣ ਅਦਾਲਤ ਨੇ ਅਪੀਲ ਦਾ ਨਿਪਟਾਰਾ ਕਰਦਿਆਂ ਪੰਜਾਬ ਸਰਕਾਰ ਦੀ ਮਾਲਕੀ ਖਾਰਜ ਕਰ ਦਿੱਤੀ ਹੈ। ਕਾਗਜ਼ਾਤ ਦੇ ਵਿੱਚ ਪਿੰਡ ਦੀ ਜ਼ਮੀਨ ਵਾਸੀਆਂ ਦੇ ਨਾਂ ਮਾਲਕੀ ਦਰਜ ਕਰਨ ਦੇ ਹੁਕਮ ਜਾਰੀ ਕਰਤੇ ਨੇ। ਖੁਸ਼ਹਾਲ ਕੌਰ ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਮਹਾਰਾਜਾ ਹਰਿੰਦਰ ਸਿੰਘ ਦੀ ਜ਼ਮੀਨ ਸੰਬੰਧੀ ਹੋਰ ਵੀ ਮਾਮਲੇ ਅਦਾਲਤ ਦੇ ਵਿੱਚ ਵਿਚਾਰ ਅਧੀਨ ਨੇ ਤੇ ਉਮੀਦ ਆ ਇਹ ਫੈਸਲਾ ਆਉਣ ਤੋਂ ਬਾਅਦ ਉਹ ਵੀ ਜਿਹੜੇ ਆ ਜੀ ਇਹਨਾਂ ਦੇ ਹੱਕ ਦੇ ਵਿੱਚ ਹੋਣਗੇ। ਹਾਂਜੀ ਤੇ ਜੀ ਮੇਰਾ ਆਖਰੀ ਸਵਾਲ ਆ ਲੋਕ ਸਭਾ ਦਾ ਕਿ ਲੋਕ ਸਭਾ ਦੇ ਵਿੱਚ ਹੰਗਾਮੇ ਅਤੇ ਹੰਗਾਮਾ ਹੋ ਰਿਹਾ ਕਿ ਉਹ ਲੀਹ ਤੇ ਚੜੀ ਜਾਂ ਨਹੀਂ? ਨਹੀਂ ਜੀ ਅਜੇ ਨਹੀਂ ਚੜੀ ਕੱਲ ਕਿਉਂਕਿ ਜਿਹੜਾ ਇੱਥੇ ਹਮਲਾ ਹੋਇਆ ਸੀਗਾ ਗੁਰਦਾਸਪੁਰ ਦੇ ਦੀਨਾ ਨਗਰ ਦੇ ਵਿੱਚ ਉਹਨੂੰ ਲੈ ਕੇ ਘੰਟੇ ਕੁ ਦੇ ਵਾਸਤੇ ਜਿਹੜੀ ਸੀਗੀ ਜੀ ਉਹ ਲੀਹ ਦੇ ਉੱਤੇ ਆਈ ਪਰ ਰੌਲਾ ਰੱਪਾ ਜਿਹੜਾ ਸੀਗਾ ਉਹ ਬਹੁਤ ਪੈ ਗਿਆ ਔਰ ਕਾਂਗਰਸੀ ਇੱਕ ਮੈਂਬਰ ਸੀਗਾ ਅਧੀਰ ਰੰਜਨ ਚੌਧਰੀ ਉਹਨੇ ਜਾ ਕੇ ਸਪੀਕਰ ਦਾ ਜਿਹੜਾ ਮੇਜ਼ ਸੀਗਾ ਉਹਦੇ ਉੱਤੇ ਹੀ ਖੜਕਾਉਣਾ ਸ਼ੁਰੂ ਕਰਤਾ ਤੇ ਜਿਹੜੇ ਲੋਕ ਸਭਾ ਦੇ ਸਪੀਕਰ ਸੀ ਉਹਨੂੰ ਦਿਨ ਭਰ ਦੇ ਵਾਸਤੇ ਉਹਨੂੰ ਮੁਅੱਤਲ ਜਿਹੜਾ ਸੀਗਾ ਉਹ ਕਰ ਦਿੱਤਾ ਜੀ। ਇਹ ਜਿਹੜੀ ਕਾਰਵਾਈ ਸੀਗੀ ਇਹਦੇ ਵਿੱਚ ਦੋ ਬਿੱਲ ਪੇਸ਼ ਕੀਤੇ ਗਏ ਬਹਿਸ ਦੇ ਵਾਸਤੇ ਰੱਖੇ ਗਏ ਪਰ ਜਿਹੜੇ ਵਿਰੋਧੀ ਧਿਰਾਂ ਸੀਗੀਆਂ ਉਹਨਾਂ ਨੇ ਕਿਹਾ ਬਿੱਲ ਬੁੱਲ ਜਿਹੜੇ ਪਾਸੇ ਕਰੋ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਵਿੱਚ ਦੀਨਾ ਨਗਰ ਦੇ ਵਿੱਚ ਜਿਹੜੀ ਅੱਤਵਾਦੀ ਕਾਰਵਾਈ ਹੋਈ ਹੈ ਉਹਦੇ ਉੱਤੇ ਜਿਹੜੀ ਇਹਦੀ ਗੱਲਬਾਤ ਕੀਤੀ ਜਾਵੇ। ਜਿਹੜੇ ਅਕਾਲੀ ਦਲ ਭਾਜਪਾ CPI CPM ਜਿਹੜੇ ਇਹ ਸਨ ਸਿਫਰ ਕਾਲ ਦੇ ਦੌਰਾਨ ਉਹਨਾਂ ਨੇ ਜਿਹੜੇ ਇਸ ਹਮਲੇ ਦੇ ਬਾਰੇ ਦੇ ਵਿੱਚ ਬੋਲ ਰਹੇ ਸਨ ਤਾਂ ਉਸ ਟਾਈਮ ਕਾਂਗਰਸ NCP ਤ੍ਰਿਣਮੂਲ ਕਾਂਗਰਸ ਸਮਾਜਵਾਦੀ ਪਾਰਟੀ ਰਾਸ਼ਟਰੀ ਜਨਤਾ ਦਲ ਇਹ ਜਿਹੜੇ ਸਾਰੀਆਂ ਇਹਨਾਂ ਨੇ ਇਸ ਮਸਲੇ ਨੂੰ ਜਿਹੜਾ ਉਭਾਰਿਆ ਇਹ ਕਿਹਾ ਕਿ ਇਹਨਾਂ ਬਿੱਲਾਂ ਦੀ ਅਜੇ ਜਿਹੜੀ ਇਹਦੀ ਜ਼ਰੂਰਤ ਨਹੀਂ ਹੈ। ਇੱਕ ਘੰਟਾ ਜਿਹੜਾ ਸੀਗਾ ਰੌਲਾ ਰੱਪਾ ਪੈਂਦਾ ਰਿਹਾ ਤੇ ਇਹ ਜਿਹੜੀ ਕਾਰਵਾਈ ਸੀ ਉਠਾ ਦੇਣੀ ਪਈ। ਅੱਜ ਦਾ ਦਿਨ ਅਹਿਮ ਹੋਊਗਾ ਕਿਉਂਕਿ ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਹੋਰੀ ਇਸ ਮਸਲੇ ਦੇ ਉੱਤੇ ਆਪਣਾ ਜਿਹੜਾ ਜੀ ਉਹ ਬਿਆਨ ਦੇਣਗੇ। ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਹੈ ਜੀ ਇਸ ਹਮਲੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦੇ ਉੱਤੇ ਜਿਹੜੀ ਆ ਉਹ ਕੀਤੀ ਗਈ ਹੈ। ਇਹਦੀ ਕੋਈ ਵਿਸ਼ੇਸ਼ ਡਿਟੇਲ ਬਾਹਰ ਨਹੀਂ ਆਈ ਕਿ ਕੀ ਇਸ ਮੀਟਿੰਗ ਦੇ ਵਿੱਚ ਜਿਹੜਾ ਵਿਚਾਰਿਆ ਗਿਆ। ਅੱਜ ਜਿਹੜਾ ਗ੍ਰਹਿ ਮੰਤਰੀ ਦਾ ਬਿਆਨ ਹੈ ਉਹ ਬੜਾ ਅਹਿਮ ਜਿਹੜਾ ਜੀ ਉਹ ਰਹੂਗਾ ਕਿ ਉਹ ਇਹਦੇ ਮਸਲੇ ਦੇ ਉੱਤੇ ਕੀ ਕਹਿੰਦੇ ਨੇ। ਪਰ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਤੁਸੀਂ ਜਿਹੜੀ ਉਹਨਾਂ ਦੀ ਇਸ ਸਾਰੇ ਹਮਲੇ ਦੇ ਉੱਤੇ ਜਿਹੜੀ ਮੈਂ ਕੁਛ ਸਾਂਝੀ ਵੀ ਕੀਤੀ ਹੈ ਰਾਜਨਾਥ ਸਿੰਘ ਹੋਰਾਂ ਨੇ ਆਪਣਾ ਦੌਰਾ ਜਿਹੜਾ ਸੀਗਾ ਇੱਕ ਹੋਰ ਸੂਬੇ ਦਾ ਉਹ ਕੈਂਸਲ ਨਹੀਂ ਕੀਤਾ ਉਹਨਾਂ ਨੇ ਕੰਟੀਨਿਊਸ ਰੱਖਿਆ ਉੱਥੋਂ ਬਿਆਨ ਦਿੰਦੇ ਰਹੇ। ਇੱਧਰ ਜਿਹੜੇ ਪੰਜਾਬ ਦਾ ਗ੍ਰਹਿ ਮੰਤਰਾਲਾ ਜਿਹਨਾਂ ਦੇ ਕੋਲੇ ਆ ਜੀ ਉਹ ਵਿਦੇਸ਼ ਦੇ ਵਿੱਚ ਪਡਾਰੀ ਜਿਹੜਾ ਜੀ ਉਹ ਲਾ ਗਏ। ਜਿਹੜੇ ਰਾਜਨਾਥ ਸਿੰਘ ਹੋਰੀ ਨੇ ਇਸ ਹਮਲੇ ਦੇ ਬਾਰੇ ਦੇ ਵਿੱਚ ਕੀ ਕਹਿੰਦੇ ਨੇ ਇਹ ਡਿਪੈਂਡ ਕਰੂਗਾ ਇਹਦੇ ਉੱਤੇ ਔਰ ਉਦੋਂ ਬਾਅਦ ਇਹ ਡਿਪੈਂਡ ਕਰੂਗਾ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਕੀ ਸੋਚਦੀ ਹੈ ਇਸ ਮਸਲੇ ਦੇ ਬਾਰੇ ਦੇ ਵਿੱਚ ਕੀ ਇਹਦੇ ਉੱਤੇ ਬਹਿਸ ਜਿਹੜੀ ਆ ਹੁੰਦੀ ਹੈ ਜਾਂ ਰੌਲੇ ਰੱਪੇ ਦੇ ਵਿੱਚ ਫੇਰ ਸਮਾਪਤ ਹੋ ਜਾਂਦਾ। ਹਾਂਜੀ ਤੇ ਅਖੀਰ ਦੇ ਵਿੱਚ ਅੱਜ ਨਵਾਂ ਕਿ ਹਮਲਾ ਹੋਇਆ ਤੇ ਰਹੀ ਜਦ ਚੱਲ ਗੋਲੀ ਆਇਆ ਬਾਦਲ ਦਾ ਝੱਟ ਬਿਆਨ ਬੇਲੀ। ਹਮਲਾ ਹੋਇਆ ਤੇ ਰਹੀ ਜਦ ਚੱਲ ਗੋਲੀ ਆਇਆ ਬਾਦਲ ਦਾ ਝੱਟ ਬਿਆਨ ਬੇਲੀ ਭਾਂਡਾ ਭਾਜਪਾ ਉੱਪਰ ਵੀ ਭੰਨ ਤਰਿਆ ਕਹਿੰਦਾ ਦੇਸ਼ ਦਾ ਕੇਂਦਰ ਨਿਗਰਾਨ ਬੇਲੀ। ਬਾਰਡਰ ਪਾਰ ਤੋਂ ਆ ਰਹੇ ਹਨ ਕਾਤਲ ਕੀਤਾ ਕੇਂਦਰ ਨੇ ਕੱਖ ਧਿਆਨ ਬੇਲੀ ਹੋ ਗਈ ਬਾਤ ਬਿਆਨ ਨਾਲ ਸਾਫ਼ ਸਾਰੀ ਜੋ ਵੀ ਚੱਲੇ ਪਿਆ ਗੁੱਜਾ ਘਮਸਾਨ ਬੇਲੀ। ਸਾਂਝ ਉੱਪਰ ਦੀ ਭਾਜਪਾ ਅਕਾਲੀਆਂ ਦੀ ਵਿੱਚੋਂ ਠਿੱਬੀ ਵੀ ਗੁੱਝੀ ਹਨ ਲਾਈ ਜਾਂਦੇ। ਸਾਂਝ ਉੱਪਰ ਦੀ ਭਾਜਪਾ ਅਕਾਲੀਆਂ ਦੀ ਵਿੱਚੋਂ ਠਿੱਬੀ ਵੀ ਗੁੱਝੀ ਹਨ ਲਾਈ ਜਾਂਦੇ। ਸਿਹਰਾ ਲੈਣਾ ਤਾਂ ਦੋਵੇਂ ਤਿਆਰ ਦਿਸਣ ਦੂਸ਼ਣ ਦੂਜੇ ਦੀ ਝੋਲੀ ਵਿੱਚ ਪਾਈ ਜਾਂਦੇ। ਜੀ 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 ਥੈਂਕ ਯੂ ਬਲਤੇਜ ਪੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਏ ਸਾਡੇ ਨਾਲ ਜੁੜੇ ਤੇ ਸਾਨੂੰ ਦੱਸਿਆ ਕਿ ਉਹਦੀਆਂ ਹੈਡਲਾਈਨ ਹੁੰਦੀਆਂ ਉਹਨਾਂ ਦੇ ਪਿੱਛੇ ਕੀ ਹੁੰਦਾ ਹੈ। ਮਿਹਰਬਾਨੀ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਜੀ ਇਹ ਸਨ ਬਲਤੇਜ ਪੰਨੂ ਜਿਹੜੇ ਸਾਡੇ ਨਾਲ ਦੱਸ ਰਹੇ ਸੀ ਉੱਥੇ ਦੀ ਗੁਫ਼ਤਗੂ ਪੰਜਾਬ ਦੀ ਜਾਂ ਭਾਰਤ ਭਰ ਦੇ ਵਿੱਚ ਕੀ ਹੁੰਦਾ।
ਹੁਣ ਅਗਲੇ ਬੁਲਟਨ ਦੇ ਵਿੱਚ ਫਿਰ ਮਿਲਾਂਗੇ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।